ਯੂਰਿਕ ਐਸਿਡ ਵਧਣ ਦੀ ਸਮੱਸਿਆ ਅੱਜ ਕੱਲ੍ਹ ਆਮ ਸਮੱਸਿਆ ਬਣ ਗਈ ਹੈ। ਇਸਦਾ ਮੁੱਖ ਕਾਰਨ ਵਿਗੜਦੀ ਜੀਵਨ ਸ਼ੈਲੀ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ 'ਚ ਕਿਸੇ ਕੋਲ ਆਪਣੀ ਸਿਹਤ ਵੱਲ ਧਿਆਨ ਦੇਣ ਦਾ ਸਮਾਂ ਨਹੀਂ ਹੈ, ਜਿਸ ਕਾਰਨ ਸ਼ੂਗਰ, ਥਾਇਰਾਇਡ ਅਤੇ ਯੂਰਿਕ ਐਸਿਡ ਵਰਗੀਆਂ ਬਿਮਾਰੀਆਂ ਵੱਧ ਰਹੀਆਂ ਹਨ। ਅਸੀਂ ਜਿੰਨੀਆਂ ਮਰਜ਼ੀ ਦਵਾਈਆਂ ਲਈਏ, ਪਰ ਜਦੋਂ ਤੱਕ ਅਸੀਂ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਨਹੀਂ ਕਰਦੇ, ਉਦੋਂ ਤੱਕ ਕੁਝ ਨਹੀਂ ਹੋ ਸਕਦਾ। ਤਾਂ ਆਓ ਜਾਣਦੇ ਹਾਂ ਅਜਿਹੇ 9 ਫੂਡਸ ਬਾਰੇ ਜੋ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ। ਨੰਬਰ 1, ਟਮਾਟਰ। ਟਮਾਟਰ ਨੂੰ ਹਮੇਸ਼ਾ ਭੋਜਨ ਤੋਂ ਪਹਿਲਾਂ ਖਾਣਾ ਚਾਹੀਦਾ ਹੈ, ਕਿਉਂਕਿ ਇਹ ਖੂਨ ਵਿੱਚ ਉੱਚ ਯੂਰਿਕ ਐਸਿਡ ਬਣਨ ਤੋਂ ਰੋਕਦੇ ਹਨ। ਨੰਬਰ 2, ਕੇਲਾ। ਜੇਕਰ ਸਰੀਰ ਵਿੱਚ ਯੂਰਿਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ ਤਾਂ ਇਸ ਨਾਲ ਗਠੀਆ ਹੋ ਸਕਦਾ ਹੈ, ਜੋ ਕਿ ਗਠੀਆ ਵਰਗਾ ਹੱਡੀਆਂ ਦਾ ਰੋਗ ਹੈ। ਕੇਲੇ ਯੂਰਿਕ ਐਸਿਡ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ, ਕਿਉਂਕਿ ਇਹਨਾਂ ਵਿੱਚ ਪਿਊਰੀਨ ਦੀ ਮਾਤਰਾ ਘੱਟ ਹੁੰਦੀ ਹੈ। ਪਿਊਰੀਨ ਇੱਕ ਕੁਦਰਤੀ ਮਿਸ਼ਰਣ ਹੈ ਜੋ ਯੂਰਿਕ ਐਸਿਡ ਨੂੰ ਤੋੜਨ ਦਾ ਕੰਮ ਕਰਦਾ ਹੈ। ਨੰਬਰ 3, ਸੇਬ। ਸੇਬ ਇੱਕ ਸਵਾਦਿਸ਼ਟ ਫਲ ਹੋਣ ਦੇ ਨਾਲ ਨਾਲ ਇਹ ਸਿਹਤਮੰਦ ਵੀ ਹੈ। ਸੇਬ ਵਿੱਚ ਬਹੁਤ ਸਾਰਾ ਡਾਇਟਰੀ ਫਾਈਬਰ ਪਾਇਆ ਜਾਂਦਾ ਹੈ। ਫਾਈਬਰ ਯੂਰਿਕ ਐਸਿਡ ਨੂੰ ਸੋਕ ਲੈਂਦਾ ਹੈ, ਜੋ ਕਿ ਫਿਰ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦਾ ਹੈ। ਨੰਬਰ 4, ਚੈਰੀ। ਚੈਰੀ ਵਿੱਚ ਐਂਥੋਸਾਇਨਿਨ ਨਾਮਕ ਕੁਦਰਤੀ ਮਿਸ਼ਰਣ ਹੁੰਦੇ ਹਨ ਜੋ ਯੂਰਿਕ ਐਸਿਡ ਨੂੰ ਕ੍ਰਿਸਟਲਾਈਜੇਸ਼ਨ ਅਤੇ ਇਸਦੇ ਜੋੜਾਂ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਨੰਬਰ 5, ਨਿੰਬੂ। ਨਿੰਬੂ ਵਰਗੇ ਖੱਟੇ ਫਲ ਵਿਟਾਮਿਨ ਸੀ ਅਤੇ ਸਿਟ੍ਰਿਕ ਐਸਿਡ ਨਾਲ ਭਰਪੂਰ ਹੁੰਦੇ ਹਨ। ਨਿੰਬੂ ਸਿਹਤਮੰਦ ਯੂਰਿਕ ਐਸਿਡ ਦੇ ਪੱਧਰਾਂ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ, ਕਿਉਂਕਿ ਇਹ ਵਾਧੂ ਨੂੰ ਕੁਸ਼ਲਤਾ ਨਾਲ ਬਾਹਰ ਕੱਢ ਸਕਦਾ ਹੈ। ਨੰਬਰ 6, ਕੌਫੀ। ਕੌਫੀ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ, ਜੋ ਯੂਰਿਕ ਐਸਿਡ ਨੂੰ ਜੋੜਾਂ 'ਚ ਦਰਦ ਜਮ੍ਹਾਂ ਹੋਣ ਅਤੇ ਸਮੱਸਿਆ ਪੈਦਾ ਹੋਣ ਤੋਂ ਰੋਕਦੀ ਹੈ। ਨੰਬਰ 7, ਗ੍ਰੀਨ ਟੀ। ਭਾਰ ਘਟਾਉਣ ਦੇ ਨਾਲ ਨਾਲ ਗ੍ਰੀਨ ਟੀ ਸਰੀਰ ਵਿੱਚ ਯੂਰਿਕ ਐਸਿਡ ਦੇ ਉਤਪਾਦਨ ਨੂੰ ਘੱਟ ਕਰਦੀ ਹੈ। ਨੰਬਰ 8, ਅਲਸੀ ਦੇ ਦਾਣੇ। ਇਹ ਪੋਸ਼ਣ ਭਰਪੂਰ ਬੀਜ ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਵਿੱਚ ਸੋਜ ਅਤੇ ਯੂਰਿਕ ਐਸਿਡ ਦੇ ਨਿਰਮਾਣ ਨੂੰ ਘੱਟ ਕਰਦੇ ਹਨ। ਨੰਬਰ 9, ਪੀਟੋ ਬੀਜ। ਪੀਟੋ ਬੀਨਸ ਫੋਲਿਕ ਐਸਿਡ ਨਾਲ ਭਰਪੂਰ ਹੁੰਦੀ ਹੈ, ਜੋ ਕਿ ਕੁਦਰਤੀ ਤਰੀਕੇ ਨਾਲ ਯੂਰਿਕ ਐਸਿਡ ਨੂੰ ਘੱਟ ਕਰਨ ਵਿੱਚ ਕੰਮ ਕਰਦੀ ਹੈ। ਯੂਰਿਕ ਐਸਿਡ ਨੂੰ ਵਧਾਉਂਦਾ ਹੈ ਮਾਸਾਹਾਰੀ ਭੋਜਨ। ਕਿਸੇ ਵੀ ਕਿਸਮ ਦਾ ਮਾਸਾਹਾਰੀ ਭੋਜਨ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਅਤੇ ਯੂਰਿਕ ਐਸਿਡ ਪ੍ਰੋਟੀਨ ਮੈਟਾਬੋਲਿਜ਼ਮ ਦਾ ਉਤਪਾਦਨ ਹੈ। ਯੂਰਿਕ ਐਸਿਡ ਦਾ ਪੱਧਰ ਵਧਣ 'ਤੇ ਚਿਕਨ, ਮਟਨ ਵਰਗੀਆਂ ਚੀਜ਼ਾਂ ਖਾਣਾ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਇਸ ਦੇ ਲਈ ਕਿਡਨੀ ਦਾ ਟੈਸਟ ਕਰਵਾਓ। ਜੇਕਰ ਯੂਰਿਕ ਐਸਿਡ ਦਾ ਪੱਧਰ 8.5 ਤੋਂ ਉੱਪਰ ਹੈ ਤਾਂ ਚਿਕਨ, ਮਟਨ ਦਾ ਸੇਵਨ ਬੰਦ ਕਰ ਦਿਓ। ਦਹੀਂ ਵਿੱਚ ਯੂਰਿਕ ਐਸਿਡ ਜ਼ਿਆਦਾ ਹੁੰਦਾ ਹੈ। ਜੇਕਰ ਤੁਹਾਡਾ ਯੂਰਿਕ ਐਸਿਡ ਵੱਧ ਗਿਆ ਹੈ ਤਾਂ ਦਹੀਂ ਖਾਣਾ ਬੰਦ ਕਰ ਦਿਓ। ਅਜਿਹੇ 'ਚ ਇਸ ਲਈ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਖੱਟਾ ਭੋਜਨ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਸਕਦਾ ਹੈ। ਸ਼ਰਾਬ ਜਾਂ ਸਿਗਰਟ। ਯੂਰਿਕ ਐਸਿਡ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਸ਼ਰਾਬ ਅਤੇ ਸਿਗਰਟ ਤੋਂ ਦੂਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸ਼ਰਾਬ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਟੌਕਸਿਨ ਦਾ ਪੱਧਰ ਵੱਧ ਜਾਂਦਾ ਹੈ। ਜੇਕਰ ਸਰੀਰ ਵਿੱਚੋਂ ਟੌਕਸਿਸ ਨੂੰ ਦੂਰ ਨਾ ਕੀਤਾ ਜਾਵੇ ਤਾਂ ਇਹ ਜੋੜਾਂ ਅਤੇ ਮਾਸ਼ਪੇਸ਼ੀਆਂ ਵਿੱਚ ਦਰਦ ਨੂੰ ਵਧਾਉਂਦਾ ਹੈ। ਬੱਚਿਆਂ ਦੇ ਦਿਮਾਗੀ ਵਿਕਾਸ ਲਈ ਜ਼ਰੂਰੀ ਹਨ ਇਹ ਭੋਜਨ। ਅੱਜ ਹੀ ਕਰੋ ਡਾਇਟ ਵਿੱਚ ਸ਼ਾਮਲ। ਭੋਜਨ ਸਾਡੇ ਜੀਵਨ ਦਾ ਅਹਿਮ ਹਿੱਸਾ ਹੈ। ਭੋਜਨ ਦੀ ਕੁਆਲਿਟੀ ਅਤੇ ਚੋਣ ਇਹ ਤੈਅ ਕਰਦੀ ਹੈ ਕਿ ਕਿਸੇ ਇਨਸਾਨ ਦਾ ਅੱਜ ਅਤੇ ਕੱਲ੍ਹ ਕਿਹੋ ਜਿਹਾ ਹੋਵੇਗਾ। ਇਹੀ ਤੈਅ ਕਰਦਾ ਹੈ ਕਿ ਇਨਸਾਨ ਦਾ ਸਰੀਰ ਅਤੇ ਬੌਧਿਕ ਵਿਕਾਸ ਕਿਸ ਤਰ੍ਹਾਂ ਦਾ ਹੋਵੇਗਾ। ਇਨਸਾਨ ਦਾ ਸਰੀਰ ਅਤੇ ਬੌਧਿਕ ਵਿਕਾਸ ਸਭ ਤੋਂ ਵਧੇਰੇ ਬਾਲ ਉਮਰ ਵਿੱਚ ਹੁੰਦਾ ਹੈ। ਇਸੇ ਕਾਰਨ ਇਸ ਉਮਰ ਵਿੱਚ ਚੰਗਾ ਭੋਜਨ ਹੋਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਬੌਧਿਕ ਵਿਕਾਸ ਵਿੱਚ ਯੋਗ ਪਾਉਣ ਵਾਲੇ ਰਿਚ ਫੂਡਸ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ। ਅਜਿਹੇ ਭੋਜਨ ਪਦਾਰਥ ਜੋ ਤੁਹਾਡੇ ਬੱਚੇ ਦੇ ਦਿਮਾਗ ਨੂੰ
ਆਧੁਨਿਕ ਤੇਜ਼ ਰਫਤਾਰ ਜੀਵਨ ਦੀ ਤਕਨੀਕ ਦੇ ਯੁੱਗ ਲਈ ਤਿਆਰ ਕਰਨਗੇ। ਆਓ ਜਾਣਦੇ ਹਾਂ ਇਹ ਭੋਜਨ। ਨੰਬਰ 1 ਅਖਰੋਟ ਅਤੇ ਬਦਾਮ। ਸੁੱਕੇ ਮੇਵਿਆਂ ਵਿੱਚ ਅਖਰੋਟ ਅਤੇ ਬਦਾਮ ਦੀ ਸਰਦਾਰੀ ਹੈ। ਇਹਨਾਂ ਦੇ ਗੁਣਾਂ ਤੋਂ ਕੋਈ ਇਨਸਾਨ ਇਨਕਾਰੀ ਨਹੀਂ ਕਰ ਸਕਦਾ। ਇੱਕ ਆਮ ਸਧਾਰਨ ਇਨਸਾਨ ਤੋਂ ਲੈ ਕੇ ਹਰ ਪੜ੍ਹਿਆ ਲਿਖਿਆ ਮੰਨਦਾ ਹੈ ਕਿ ਬਦਾਮ ਖਾਣ ਨਾਲ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਬਦਾਮ ਅਤੇ ਅਖਰੋਟਾਂ ਵਿੱਚ ਫੈਟੀ ਚੇਨ ਦਾ ਹੈਲਥੀ ਫੈਟ ਹੁੰਦਾ ਹੈ। ਇਹ ਮਨੁੱਖੀ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਸਿਹਤਮੰਦ ਬਣਾਉਂਦਾ ਹੈ। ਇਸ ਲਈ ਆਪਣੇ ਬੱਚਿਆਂ ਦੀ ਡਾਇਟ ਵਿੱਚ ਬਦਾਮ ਅਤੇ ਅਖਰੋਟ ਜ਼ਰੂਰ ਸ਼ਾਮਲ ਕਰੋ। ਨੰਬਰ 2 ਬਲੂਬੈਰੀ। ਬੈਰੀ ਪਰਿਵਾਰ ਦੇ ਸਾਰੇ ਖਾਣ ਪਦਾਰਥ ਜਿਵੇਂ ਕਿ ਜਾਮਣ, ਸਟ੍ਰਾਬੇਰੀ, ਬਲੂਬੈਰੀ ਵਿੱਚ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ। ਇਹਨਾਂ ਨਾਲ ਇਨਸਾਨ ਦਾ ਦਿਮਾਗ ਤੇਜ਼ ਹੁੰਦਾ ਹੈ। ਇਸ ਤਰ੍ਹਾਂ ਬਲੂਬੈਰੀ ਵਿੱਚ ਐਂਟੀ ਇਨਫਲੇਮੇਟਰੀ ਗੁਣ ਵੀ ਹੁੰਦੇ ਹਨ ਜੋ ਸਾਡੇ ਦਿਮਾਗ ਨੂੰ ਸੋਜਿਸ਼ ਤੋਂ ਬਚਾਉਂਦੇ ਹਨ ਅਤੇ ਇਸ ਦੀ ਕਾਰਜ ਕੁਸ਼ਲਤਾ ਨੂੰ ਵਧਾਉਂਦੇ ਹਨ। ਨੰਬਰ 3 ਹਲਦੀ। ਇਹ ਸੰਭਵ ਹੈ ਕਿ ਤੁਸੀਂ ਕਿਸੇ ਸਿਆਣੇ ਬਜ਼ੁਰਗ ਤੋਂ ਸੁਣਿਆ ਹੋਵੇਗਾ ਕਿ ਬੱਚਿਆਂ ਨੂੰ ਹਲਦੀ ਵਾਲਾ ਦੁੱਧ ਪਿਲਾਉਣਾ ਚੰਗਾ ਹੁੰਦਾ ਹੈ। ਇਹ ਗੱਲ ਬਿਲਕੁਲ ਸਹੀ ਹੈ। ਹਲਦੀ ਵਿੱਚ ਕਰਕਿਊਮਨ ਕੰਪਾਊਂਡ ਹੁੰਦਾ ਹੈ ਜੋ ਦਿਮਾਗ ਨੂੰ ਸ਼ਾਰਪ ਕਰਦਾ ਹੈ। ਇਹ ਦਿਮਾਗ ਵਿੱਚੋਂ ਗੰਦਗੀ ਨੂੰ ਵੀ ਸਾਫ਼ ਕਰਦਾ ਹੈ। ਨੰਬਰ 4 ਪੇਠੇ ਦੇ ਬੀਜ। ਪੇਠੇ ਦੇ ਬੀਜ ਜਾਂ ਪੰਪਕਿਨ ਸੀਡਜ਼ ਵੀ ਇੱਕ ਸੁਪਰ ਫੂਡ ਹੈ। ਇਸ ਵਿੱਚ ਕਈ ਪ੍ਰਕਾਰ ਦੇ ਮਾਈਕਰੋਨਿਊਟਰੀਐਂਟ ਅਤੇ ਮੈਗਨੀਸ਼ੀਅਮ, ਆਇਰਨ, ਜ਼ਿੰਕ, ਕਾਪਰ ਅਤੇ ਮੈਗਨੀਸ਼ੀਅਮ ਆਦਿ ਤੱਤ ਮੌਜੂਦ ਹੁੰਦੇ ਹਨ। ਇਹ ਮਨੁੱਖੀ ਦਿਮਾਗ ਨੂੰ ਤੇਜ਼ ਕਰਨ ਵਿੱਚ ਸਹਾਈ ਹੁੰਦੇ ਹਨ। ਨੰਬਰ 5 ਹਰੀਆਂ ਪੱਤੇਦਾਰ ਸਬਜ਼ੀਆਂ। ਡਾਕਟਰ ਤੋਂ ਲੈ ਕੇ ਡਾਈਟੀਸ਼ੀਅਨ ਤੱਕ ਅਤੇ ਆਮ ਇਨਸਾਨ ਤੋਂ ਲੈ ਕੇ ਫਿਜ਼ੀਕਲ ਟ੍ਰੇਨਰ ਤੱਕ ਹਰ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਇਸ ਦਾ ਕਾਰਨ ਸਪੱਸ਼ਟ ਹੈ ਕਿ ਇਹ ਸਾਡੀ ਸਿਹਤ ਲਈ ਫਾਇਦੇਮੰਦ ਹਨ, ਪਰ ਇਹ ਇਕੱਲੇ ਸਰੀਰ ਹੀ ਨਹੀਂ ਬਲਕਿ ਸਾਡੇ ਦਿਮਾਗ ਲਈ ਵੀ ਹਰੀਆਂ ਪੱਤੇਦਾਰ ਸਬਜ਼ੀਆਂ ਬਹੁਤ ਲਾਭਕਾਰੀ ਹਨ। ਇਹਨਾਂ ਵਿੱਚ ਵਿਟਾਮਿਨ ਏ, ਬੀ, ਸੀ, ਈ ਅਤੇ ਕੇ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਇਹੀ ਨਹੀਂ, ਸਬਜ਼ੀਆਂ ਵਿੱਚ ਮਿਨਰਲਸ ਅਤੇ ਬੀਟਾ ਕੈਰਾਟੀਨ ਮੌਜੂਦ ਹੁੰਦੇ ਹਨ ਜੋ ਸਾਡੇ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਹੈਲਦੀ ਬਣਾਉਣ ਵਿੱਚ ਮਦਦ ਕਰਦੇ ਹਨ। ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ।